ਦੀ ਰੈਸਪੀ ਸਪੈਸ਼ਲ ਉਹਨਾਂ ਦੇ ਲਈ ਹੈ ਜਿਨ੍ਹਾਂ ਨੂੰ ਕੌਂਸਟੀਪੇਸ਼ਨ ਦਾ ਇਸ਼ੂ ਰਹਿੰਦਾ। ਇਸ ਸੈਲਡ ਦੇ ਵਿੱਚ 20 ਗ੍ਰਾਮ ਦੇ ਕਰੀਬ ਫਾਈਬਰ ਹੈ। ਇੱਕ ਐਵਰੇਜ ਅਡਲਟ ਲੇਡੀ ਦੀ ਗੱਲ ਕਰੀਏ ਉਹਨੂੰ 24 ਘੰਟੇ ਦੇ ਵਿੱਚ 25 ਗ੍ਰਾਮ ਫਾਈਬਰ ਚਾਹੀਦਾ ਹੁੰਦਾ ਤੇ ਮੇਲ ਨੂੰ 30 ਗ੍ਰਾਮ ਫਾਈਬਰ ਚਾਹੀਦਾ ਹੁੰਦਾ। ਜੇ ਆਪਾਂ ਇਸ ਸੈਲਡ ਦੇ ਪ੍ਰੋਟੀਨ ਦੀ ਗੱਲ ਕਰੀਏ ਇਹਦੇ ਵਿੱਚ 27 ਗ੍ਰਾਮ ਪ੍ਰੋਟੀਨ ਹੈ ਤੇ ਸਿਰਫ 380 ਕੈਲਰੀਜ਼। ਸੋ ਲੈਟਸ ਗੈਟ ਇਨਟੂ ਦਾ ਰੈਸਪੀ। ਰੈਸਪੀ ਬਣਾਉਣ ਦੇ ਲਈ ਆਪਾਂ ਇੱਕ ਬਾਊਲ 'ਚ 25 ਗ੍ਰਾਮ ਰਾਈਸ ਫਲੇਕ ਲਵਾਂਗੇ ਜਿਹਨੂੰ ਆਪਾਂ ਚਿਵੜਾ ਵੀ ਕਹਿ ਦਿੰਦੇ ਹਾਂ। ਮੇਕ ਸ਼ੋਰ ਤੁਸੀਂ ਚੰਗੀ ਤਰ੍ਹਾਂ ਵਾਸ਼ ਕਰ ਲਿਓ। 1 ਕੱਪ ਆਪਾਂ ਲਵਾਂਗੇ ਕੈਰਟ ਦਾ, 1 ਕੱਪ ਕੁਕੰਬਰ, 1 ਕੱਪ ਅਨੀਅਨ ਤੇ 100 ਗ੍ਰਾਮ ਆਪਾਂ ਬਲੈਕ ਚਨੇ ਲਵਾਂਗੇ। ਉਸ ਤੋਂ ਬਾਅਦ ਉਹਦੇ ਤੇ ਆਪਾਂ ਐਡ ਕਰਾਂਗੇ 170 ਗ੍ਰਾਮ ਗ੍ਰੀਕ ਯੋਗਟ ਤੇ ਸਵਾਦ ਅਨੁਸਾਰ ਲੂਣ, ਕਾਲੀ ਮਿਰਚ, ਚਾਟ ਮਸਾਲਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਆਪਾਂ ਕਰਾਂਗੇ ਮਿਕਸ। ਮਿਕਸ ਕਰਨ ਤੋਂ ਬਾਅਦ ਉਹਨੂੰ ਗਾਰਨਿਸ਼ ਕਰੋ ਕੋਰੀਐਂਡਰ ਦੇ ਨਾਲ, ਫਰੈਸ਼ ਧਨੀਏ ਦੇ ਨਾਲ ਐਂਡ ਇੰਜੋਏ। ਐਂਡ ਡੋਂਟ ਫਰਗੇਟ ਟੂ ਸ਼ੇਅਰ ਵਿਦ ਯੋਰ ਫੈਮਿਲੀ। ਲੀਵ ਅ ਕਮੈਂਟ ਫੋਰ ਮੀ ਇਫ ਯੂ ਲਾਈਕ ਦਿਸ ਕਾਈਂਡ ਆਫ ਵੀਡੀਓ ਐਂਡ ਡੋਂਟ ਫਰਗੇਟ ਟੂ ਫੋਲੋ ਮੀ ਮੋਰ ਵੀਡੀਓ ਲਾਈਕ ਦਿਸ ਵਨ ਐਂਡ ਸ਼ੇਅਰ ਵਿਦ ਦੋਸ ਪੀਪਲ ਜਿਹਨਾਂ ਨੂੰ ਕੌਂਸਟੀਪੇਸ਼ਨ ਦਾ ਇਸ਼ੂ ਰਹਿੰਦਾ। ਇਫ ਯੂ ਨੀਡ ਐਨੀ ਹੈਲਪ ਰਿਗਾਰਡਿੰਗ ਦ ਡਾਇਟ ਪਲਾਨ, ਫੀਲ ਫਰੀ ਟੂ ਕੰਟੈਕਟ ਅਸ, ਲਿੰਕ ਇਨ ਬਾਇਓ। ਗੁੱਡ ਲੱਕ ਜੀ।